ਬੱਚੇ ਜ਼ਿਬਾ ਕਰਾ ਕੇ ਵੀ ਅੱਲਾਹ ਤੇ ਰਾਜ਼ੀ ਸਨ, ਉਹ ਮਾਪੇ ਗਵਾ ਕੇ ਵੀ ਅੱਲਾਹ ਤੇ ਰਾਜ਼ੀ ਸਨ, ਜਾਇਦਾਦਾਂ ਲੁਟਾ ਕੇ ਵੀ ਅੱਲਾਹ ਤੇ ਰਾਜ਼ੀ ਸਨ, ਵਤਨ ਛੱਡ ਕੇ ਵੀ ਅੱਲਾਹ ਤੇ ਰਾਜ਼ੀ ਸਨ। ਅੱਲਾਹੁ ਅਕਬਰ, ਉਹਨਾਂ ਨੇ ਜਾਨਾਂ ਦੇ ਨਜ਼ਰਾਨੇ ਦਿੱਤੇ ਫਿਰ ਵੀ ਅੱਲਾਹ ਤੇ ਰਾਜ਼ੀ ਰਹੇ। ਇਹ ਹੈ ਸਿੱਦੀਕ ਅਕਬਰ, ਅੱਲਾਹੁ ਅਕਬਰ। ਹਜ਼ਰਤ ਮੁਹਤਰਮ ਕੌਣ? ਸਿੱਦੀਕ ਅਕਬਰ ਰਜ਼ੀ ਅੱਲਾਹ। ਓਏ ਮੇਰੇ ਨਬੀ ਦੇ ਸਹਾਬਾ ਦਾ ਅਦਬ ਕਰਿਆ ਕਰ, ਇਹਤਰਾਮ ਕਰਿਆ ਕਰ, ਕਦਰ ਕਰਿਆ ਕਰ ਮੇਰੇ ਨਬੀ ਦੇ ਯਾਰਾਂ ਦੀ। ਇਹਨਾਂ ਦੀਨ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ, ਉਹਨਾਂ ਦਿੱਤੀਆਂ ਨੇ ਜਾਨਾਂ ਨਾਲੇ ਮਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਓਏ ਉਹਨਾਂ ਦਿੱਤੀਆਂ ਨੇ ਜਾਨਾਂ ਨਾਲੇ ਮਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਹਬਸ਼ੀ ਨੂੰ ਵੇਖ ਲਵੋ ਜ਼ਹਿਰਾ ਵੀ ਨਹੀਂ ਡੋਲਿਆ, ਹਬਸ਼ੀ ਨੂੰ ਵੇਖ ਲਓ ਜ਼ਹਿਰਾ ਵੀ ਨਹੀਂ ਡੋਲਿਆ, ਕੋਲਿਆਂ ਤੇ ਲੇਟ ਕੇ ਵੀ ਹੌਲੀ ਨਹੀਂ ਜੇ ਬੋਲਿਆ। ਅੱਛਾ, ਉਹ ਕੋਲਿਆਂ ਤੇ ਵੀ ਹੌਲੀ ਨਹੀਂ ਸੀ ਬੋਲਿਆ, ਸਮਝ ਤਾਂ ਗਿਆ। ਤੁਸੀਂ ਥੱਕ ਤਾਂ ਨਹੀਂ ਗਏ? ਤਵੱਜੋ ਹੈ ਵੇ, ਤੁਸੀਂ ਮਦਨੀ ਦੇ ਕਾਬੂ ਆ ਗਏ ਅੱਜ, ਤੇ ਮਦਨੀ 5 ਘੰਟੇ ਚੱਲਦਾ, ਤਵੱਜੋ ਹੈ। ਬਹਰਲਾ ਪੈਂਡ ਵੱਲ ਜਾਂਦੇ, ਟੈਨਸ਼ਨ ਨਹੀਂ ਲੈਣੀ। ਅੱਲਾਹੁ ਅਕਬਰ। ਹਬਸ਼ੀ ਨੂੰ ਵੇਖ ਲਵੋ ਜ਼ਹਿਰਾ ਨਹੀਂ ਜੇ ਡੋਲਿਆ, ਬਲ ਦੇ ਅੰਗਾਰਿਆਂ ਤੇ ਹੌਲੀ ਨਹੀਂ ਜੇ ਬੋਲਿਆ, ਕਿਵੇਂ ਸਾਨੂੰ ਹੌਸਲੇ ਬਿਲਾਲ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਆਕਾ ਦੇ ਇਸ਼ਾਰਿਆਂ ਤੂੰ ਕੁਰਬਾਨ ਹੋ ਗਏ, ਨਬੀ ਦੇ ਇਸ਼ਾਰਿਆਂ ਤੂੰ ਕੁਰਬਾਨ ਹੋ ਗਏ, ਜੰਨਤਾਂ ਦੇ ਉਹਨਾਂ ਲਈ ਐਲਾਨ ਹੋ ਗਏ, ਜੰਨਤਾਂ ਦੇ ਉਹਨਾਂ ਲਈ ਐਲਾਨ ਹੋ ਗਏ, ਜੰਨਤਾਂ ਦੇ ਉਹਨਾਂ ਲਈ ਐਲਾਨ ਹੋ ਗਏ। ਘਰ ਬਾਰ ਦੀਨ ਉੱਤੋਂ ਵਾਰ ਦਿੱਤੇ ਨੇ, ਤਾਈਓ ਰੱਬ ਨੇ ਵੀ ਰੁਤਬੇ ਕਮਾਲ ਦਿੱਤੇ ਨੇ। ਇਹ ਜੁਮਲਾ ਬਣਾਇਆ ਜੇ ਜਿਹੜੀ ਵਜ੍ਹਾ ਤੋਂ ਮੈਂ ਕਲਾਮ ਸ਼ੁਰੂ ਕੀਤਾ ਹੈ, ਜੁਮਲਾ ਪਿਆਰ ਵਾਲਾ ਇਮਾਮਤਾ ਦਾ ਹੋ ਜਾਏਗਾ। ਓਏ ਸਫਰਾਂ ਦੇ ਵਿੱਚ ਜਿੰਨੇ ਮੋਢਿਆਂ ਤੇ ਚਾਇਆ ਏ, ਸਫਰਾਂ ਦੇ ਵਿੱਚ ਜਿੰਨੇ ਮੋਢਿਆਂ ਤੇ ਚਾਇਆ ਏ, ਸੱਪ ਮਾਰੇ ਡੰਗ ਪਰ ਯਾਰ ਨਹੀਂ ਜਗਾਇਆ ਏ, ਸੱਪ ਮਾਰੇ ਡੰਗ ਪਰ ਯਾਰ ਨੇਕੀਆਂ ਮੇਰੇ ਸਿੱਦੀਕ ਦੀ ਇੱਕ ਰਾਤ ਦੀਆਂ ਨੇ। ਅੱਲਾਹੁ ਅਕਬਰ। ਜਿਹੜੀ ਖਾਰ ਅੰਦਰ ਮੇਰੇ ਨਾਲ ਗੁਜ਼ਾਰੀ, ਓਏ ਸਿੱਦੀਕ ਸਿੱਦੀਕ, ਇਹਨੂੰ ਕਹਿੰਦੇ ਨੇ ਅਬੂ ਬਕਰ ਸਿੱਦੀਕ। ਅੱਲਾਹੁ ਅਕਬਰ। ਹਜ਼ਰਤ ਅਬੂ ਬਕਰ ਰਜ਼ੀ ਅੱਲਾਹੁ ਤਾਲਾ ਨੇਕੀਆਂ 'ਚ ਪਹਿਲ ਕਰਨ ਵਾਲਾ। ਓਏ ਪਹਿਲਾ ਨੰਬਰ ਸਿੱਦੀਕ ਅਕਬਰ ਦਾ, ਪਹਿਲਾ ਨੰਬਰ ਸਿੱਦੀਕ ਅਕਬਰ ਦਾ, ਉਹ ਜੋ ਇਮਾਮ ਅਲੀ ਹੈਦਰ ਦਾ। ਪਹਿਲਾ ਨੰਬਰ ਸਿੱਦੀਕ ਅਕਬਰ ਦਾ, ਜੋ ਹੈ ਪੀਰ ਅਲੀ ਹੈਦਰ ਦਾ। ਬੈਤ ਕਰਕੇ ਅਲੀ ਨੇ ਦਸਾ ਛੋੜਿਆ, ਬੈਤ ਕਰਕੇ ਅਲੀ ਨੇ ਦਸਾ ਛੋੜਿਆ। ਸਿੱਦੀਕ ਹੈ ਮੇਰਾ ਭਾਈ, ਸਿੱਦੀਕ ਹੈ ਮੇਰਾ ਭਾਈ, ਨਹੀਂ ਸਾਡੇ ਵਿੱਚ ਜੁਦਾਈ। ਸਿੱਦੀਕ ਹੈ ਮੇਰਾ ਭਾਈ, ਨਹੀਂ ਸਾਡੇ ਵਿੱਚ ਜੁਦਾਈ। ਐਲਾਨ ਕਰਕੇ ਅਲੀ ਨੇ ਸੁਣਾ ਛੋੜਿਆ। ਅੱਲਾਹੁ ਅਕਬਰ। ਹਜ਼ਰਤੇ ਮੁਹਤਰਮ ਤਵੱਜੋ ਕਰਨਾ, ਗੌਰ ਕਰਦੇ ਜਾਣਾ। ਸੈਯਦਨਾ ਹਜ਼ਰਤ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ, ਅਬੂ ਬਕਰ ਬਹੁਤੀਆਂ ਨੇਕੀਆਂ ਤੇ ਪਹਿਲ ਕਰਨ ਵਾਲਾ ਨੇਕੀਆਂ ਅੰਦਰ। ਹੁਣ ਮੈਂ ਤੁਹਾਨੂੰ ਦੱਸਾਂ, ਮੇਰੇ ਅਬੂ ਬਕਰ ਸਿੱਦੀਕ ਰਜ਼ੀ ਅੱਲਾਹੁ ਤਾਲਾ ਦਾ ਇੱਕ ਲਕਬ ਸਿੱਦੀਕ, ਇਹ ਮੇਰੇ ਨਬੀ ਨੇ ਅੱਲਾਹ ਦੀ ਰਹਿਮਤ ਨਾਲ ਅਤਾ ਕੀਤਾ ਹੈ। ਅੱਲਾਹੁ ਅਕਬਰ। ਮੈਂ
میدان احد جدو اللہ دے نبی احد پہاڑ تے چڑھے نے میرے ابوبکر نال نے میرے عمر نال نے میرے عثمان نال نے تے احد پہاڑ حرکت دے اندر آیا تے آقا فرماندے نے اس تو احد انما علیک نبی و صدیق و شہیدان فرمایا احد ذرا رک جا ذرا ٹھہر جا ذرا اطمینان پکڑ لے تینوں پتہ نہیں تیرے تے ایک نبی سوار ایک صدیق سوار تے دو شہید سوار نے میرے نبی احد پہاڑ نو کہہ رہے نے اللہ اکبر توجہ کرنا ایتھے میرے نبی نے حضرت ابوبکر نو صدیق دا لقب دتا ہے۔